ਅਖੀਰ ਦੇ ਵਿੱਚ ਛੋਟਾ ਜਿਹਾ ਰੈਪਿਡ ਫਾਇਰ ਆਇਆ ਨਾ ਸੋ ਮੈਂ ਦੋ ਆਪਸ਼ਨ ਮੈਨੂੰ ਬਹੁਤ ਮਜ਼ਾ ਲੱਗਾ ਹਾਂ ਵਧੀਆ ਵਧੀਆ ਤੇਰਾ ਰਾਈਟ ਸੋ ਤੁਸੀਂ ਇੱਕ ਸ਼ਬਦ ਬੋਲ ਦੱਸਣਾ ਮਤਲਬ ਹਨਾ ਮੈਂ ਦੋ ਚੀਜ਼ਾਂ ਬੋਲੂੰਗਾ ਸਿਕ ਚੂਜ਼ ਕਰਨੇ ਆ ਜੀ ਪਹਿਲੇ ਨੰਬਰ ਤੇ ਬਲੈਕ ਐਂਡ ਬਲੂ ਕਿਹੜਾ ਕਲਰ ਫੇਵਰਿਟ ਆ ਮਤਲਬ ਬੋਥ ਬਲੈਕ ਲਾਈਕ ਔਰ ਕੈਟਰੀਨਾ ਔਰ ਕੈਰੀਨਾ ਕੈਟਰੀਨਾ ਕਰੀਨਾ ਕੈਟਰੀਨਾ ਕੈਟਰੀਨਾ ਅੱਛਾ ਸੋਨਮ ਤੇ ਸਰਗੁਣ ਸੋਨਮ ਸੋਨਮ ਕੀ ਬਾਤ ਹੈ ਔਰ ਕੁਲਚੇ ਛੋਲੇ ਔਰ ਸਾਗ ਤੇ ਮੱਕੀ ਦੀ ਰੋਟੀ ਕੁਲਚੇ ਛੋਲੇ ਖਾ ਕੇ ਘਰ ਆ ਕੇ ਲੱਸੀ ਦੇ ਜੱਗ ਪੀ ਕੇ ਰਾਤ ਨੂੰ ਸਿਆਲਾਂ ਦੇ ਟਾਈਮ 'ਚ ਜਿਹੜੀ ਸੱਜਰੀ ਰੋਟੀ ਹੁੰਦੀ ਹੈ ਮੱਕੀ ਦੀ ਉਹ ਅਤੇ ਸਾਗ ਧਰ ਕੇ ਗਰਮ ਕਰਕੇ ਚੰਗੀ ਤਰ੍ਹਾਂ ਘਿਓ ਪਾ ਕੇ ਉਹ ਖਾਣ ਕੀ ਬਾਤ ਹੈ ਬਹੁਤ ਸੋਹਣਾ ਜਵਾਬ ਪਰ ਇਹ ਗੇਮ ਦੇ ਵਿੱਚ ਇਹਦਾ ਚੱਲਦਾ ਨਹੀਂ ਮੈਂ ਦੱਸ ਦਿੰਦਾ ਕੁਲਚੇ ਛੋਲੇ ਦੇਖ ਕੇ ਖਾਣਾ ਕੀ ਬਾਤ ਹੈ ਸੋ ਬਾਈ ਤੁਹਾਡੇ ਲਈ ਅੰਜਲੀ ਅਰੋੜਾ ਔਰ ਜਨਤ ਜੁਬੇਰ ਜਨਤ ਜਨਤ ਜੁਬੇਰ ਅੰਜਲੀ ਅਰੋੜਾ ਵੈਸੇ ਕੌਣ ਇਹ ਕੀ ਨਾਮ ਹੈ ਸਹੇਲੀ ਤੇਰੀ ਮੈਂ ਆਪ ਹਾਂ ਹਨਾ ਗਜ਼ਲਾਂ ਮੈਂ ਬਣਨਾ ਚਾਹੁੰਦਾ ਕੀ ਬਾਤ ਹੈ ਕੀ ਬਾਤ ਹੈ ਬੰਦਾ ਉਹ ਸ਼ੇਰ ਹੈ ਨਾ ਕਹਿੰਦਾ ਮੈਂ ਗਜ਼ਲ ਸੁਣਾ ਕਰ ਅਕੇਲਾ ਖੜਾ ਰਹਾ ਲੋਕ ਆਪਣੇ ਆਪਣੇ ਚਾਹਨੇ ਵਾਲੋ ਮੈਂ ਖੋ ਗਏ ਕੀ ਬਾਤ ਹੈ ਤੇ ਮੇਰਾ ਤਾਂ ਗਜ਼ਲ ਕੀ ਬਾਤ ਹੈ ਸੋ ਕੁੜਤਾ ਪਜਾਮਾ ਤੇ ਕੋਟ ਪੈਂਟ ਕੁੜਤਾ ਪਜਾਮਾ ਕੋਟ ਪੈਂਟ ਰਣਵੀਰ ਕਪੂਰ ਤੇ ਰਣਵੀਰ ਸਿੰਘ ਰਣਵੀਰ ਸਿੰਘ ਰਣਵੀਰ ਕਪੂਰ ਕਾਰਨ ਪੁੱਛਾ ਤਾਂ ਬਾਈ ਤੁਹਾਡੇ ਤੋਂ ਮੈਂ ਕਾਰਨ ਬਸ ਵੈਸੇ ਮੈਨੂੰ ਥੋੜਾ ਸੋਫਿਸਟੀਕੇਟਡ ਆ ਸਿੰਸੀਅਰ ਬੰਦਾ ਮੇਰੇ ਬਹੁਤ ਫੇਵਰੇਟ ਨੇਤਾ ਸਿੰਸੀਅਰ ਹੈ ਸਿੰਸੀਅਰ ਹੈ ਮੈਨੂੰ ਐ ਲੱਗਦਾ ਕਿ ਜਿਹੜੀ ਕਲਾ ਥੱਲੇ ਨਹੀਂ ਹੋਣੀ ਚਾਹੀਦੀ ਪੱਕਾ ਮਤੇ ਹੋਣੀ ਚਾਹੀਦੀ ਆ ਉਹ ਤੋਂ ਜ਼ਿਆਦਾ ਥੱਲੇ ਆ ਜਾਵੇ ਫਿਰ ਗੜਬੜ ਹੈ ਰਣਵੀਰ ਸਿੰਘ ਵਧੀਆ ਵੈਰੀ ਗੁੱਡ ਵੈਰੀ ਬਟ ਉਹ ਜ਼ਿਆਦਾ ਖਲਾਰਾ ਥੱਲੇ ਜ਼ਿਆਦਾ ਪਾ ਦਿੰਦੇ ਆ ਮੈਨੂੰ ਐ ਲੱਗਦਾ ਉਹੀ ਪਰਦੇ ਤੇ ਪਾਉਣਾ ਚਾਹੀਦਾ ਉਹਨਾਂ ਨੂੰ ਰਣਵੀਰ ਭਾਵੇਂ ਥੱਲੇ ਕੁਛ ਨਹੀਂ ਆ ਬਟ ਉੱਥੇ ਬਲਾਸਟ ਹੈ ਕਮਾਲ ਵਧੀਆ ਬੇਸ਼ੱਕ ਐਂਡ ਆਫ ਦਾ ਡੇ ਤੁਹਾਡਾ ਕੰਮ ਹੈ ਤੁਹਾਡਾ ਬੋਲਿਆ ਚਾਲੇ ਇੰਟਰਵਿਊ ਕਿਸੇ ਨੇ ਨਹੀਂ ਸੁਣਨੀ ਆ ਰਾਈਟ ਕੰਮ ਕੰਮ ਬੋਲਦਾ ਹੈ ਰਣਵੀਰ ਮੈਨੂੰ ਰਣਵੀਰ ਸਿੰਘ ਮੈਨੂੰ ਪਤਾ ਕਿਉਂ ਬਦਲਦਾ ਸਿੱਧੂ ਨੂੰ ਬਹੁਤ ਪਿਆਰ ਕਰਦਾ ਹਾਂ ਹਾਂ ਕੀ ਬਾਤ ਸਿੱਧੂ ਦਾ ਭਾਈ ਸਿੱਧੂ ਭਾਈ ਦਾ ਸਾਰੇ ਹੀ ਪਿਆਰ ਕਰਦੇ ਹਾਂਜੀ ਜਿੱਥੇ ਵੀ ਹੈ ਜਿੱਥੇ ਵੀ ਤੂੰ ਸੁਣਿਆ ਜਿਉਂਦਾ ਰਹੇ